ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਅੱਜ ਇੱਕ ਵਾਰ ਫਿਰ ਅਸੀਂ ਚੰਡੀਗੜ੍ਹ ਪਹੁੰਚੇ ਹਾਂ, ਸੈਕਟਰ 44D, ਜਿੱਥੇ ਵਰਦਾਨ ਆਯੁਰਵੈਦਿਕ ਸੈਂਟਰ ਹੈ ਅਤੇ ਉਸ ਸੈਂਟਰ ਦੇ MD ਮਿਸਟਰ ਸੁਭਾਸ਼ ਗੋਇਲ ਸਾਡੇ ਨਾਲ ਮੌਜੂਦ ਨੇ ਅਤੇ ਅੱਜ ਬੜੀਆਂ ਖੂਬਸੂਰਤ ਸ਼ੀਸ਼ੀਆਂ ਦੇ ਵਿੱਚ ਉਹ ਕੁਝ ਭਰ ਕੇ ਲੈ ਕੇ ਆਏ ਨੇ ਜਿਹੜਾ ਤੁਹਾਡੀ ਸਕਿਨ ਦਾ ਖਿਆਲ ਰੱਖੇਗਾ, ਯਾਨੀ ਕਿ ਅਜਿਹੇ ਨਾਯਾਬ ਤੋਹਫ਼ੇ ਉਹ ਲੈ ਕੇ ਆਏ ਨੇ ਤੁਹਾਡੇ ਵਾਸਤੇ। ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਲੂ ਦੇ ਵਿੱਚ, ਗਰਮੀ ਦੇ ਵਿੱਚ, ਚਿਪਚਿਪਾਹਟ ਵਾਲੇ ਮੌਸਮ ਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਸਾਰੀਆਂ ਦਾ ਹੱਲ ਕੱਢਣ ਵਾਸਤੇ ਹੀ ਅਸੀਂ ਗੋਇਲ ਸਾਹਿਬ ਨੂੰ ਅੱਜ ਮਿਲਣ ਵਾਸਤੇ ਪਹੁੰਚੇ ਹਾਂ। ਅਤੇ ਗੋਇਲ ਸਾਹਿਬ ਨੇ ਖਾਸ ਤੌਰ ਦੇ ਉੱਤੇ ਇਹ ਤੋਹਫ਼ੇ ਤੁਹਾਡੇ ਵਾਸਤੇ ਇਸ ਮੌਸਮ ਦੇ ਮੱਦੇਨਜ਼ਰ ਹੀ ਤਿਆਰ ਕੀਤੇ ਨੇ। ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ। ਗੋਇਲ ਸਾਹਿਬ ਸਵਾਗਤ ਹੈ ਜੀ। ਧਰਮਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ, ਸਿਹਤ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਪਾਂ ਹੁਣ ਗੱਲ ਕਰਦੇ ਹਾਂ ਗੁਲ ਸਾਹਿਬ ਚਿਹਰੇ ਵਾਸਤੇ। ਚਿਹਰੇ ਦੀ ਖੂਬਸੂਰਤੀ ਬੜੀ ਜ਼ਰੂਰੀ ਹੈ, ਕਿਉਂਕਿ ਸਰੀਰ ਨੂੰ ਆਪਾਂ ਕੱਪੜਿਆਂ ਦੇ ਨਾਲ ਢੱਕ ਲੈਂਦੇ ਹਾਂ, ਹੱਥ ਪੈਰ ਅਤੇ ਜਿਹੜਾ ਚਿਹਰਾ ਉਹੀ ਹਰ ਪਾਸੇ ਨਜ਼ਰ ਆਉਂਦਾ ਹੈ, ਤਾਂ ਉਹਦੇ ਵਾਸਤੇ ਜਿਵੇਂ ਅੱਜ ਕੱਲ੍ਹ ਲੂ ਚੱਲ ਰਹੀ ਹੈ, ਬਾਹਰ ਮਾੜਾ ਜਿਹਾ ਨਿਕਲੋ ਮਿੱਟੀ ਵੀ ਤੁਹਾਡੇ ਮੂੰਹ ਦੇ ਉੱਤੇ ਪੈਣੀ ਆ, ਘੱਟਾ ਵੀ ਪੈਣਾ ਹੈ, ਤੁਹਾਨੂੰ ਲੂ ਵੀ ਲੱਗਣੀ ਆ, ਗਰਮੈਸ਼ ਦੇ ਨਾਲ ਤੁਹਾਡਾ ਸਨਬਰਨ ਵੀ ਹੋ ਜਾਣਾ, ਉਹਦੇ ਵਾਸਤੇ ਕੀ ਹੱਲ ਆ ਤੁਹਾਡੇ ਕੋਲ? ਲੋਕ ਪਤਾ ਕੀ ਕਰਦੇ, ਇੱਕ ਨੋ ਟੈਨ ਕਰੀਮ ਜੀ ਲਈ ਫੜੀ ਐਂ ਮਲੀ ਅਤੇ ਨਿਕਲ ਗਏ, ਉਹ ਤਾਂ ਆਪਾਂ ਨੇ ਆਪਦੇ ਆਪ ਨੂੰ ਧੋਖਾ ਦੇ ਲਿਆ, ਉਹਦਾ ਉਲਟਾ ਨੁਕਸਾਨ ਹੀ ਹੁੰਦਾ। ਫਿਰ ਥੋੜ੍ਹੇ ਦਿਨਾਂ ਬਾਅਦ ਕਿਸੇ ਡਾਕਟਰ ਕੋਲ ਬੈਠੇ ਹੋਣੇ, ਛਾਈਆਂ ਪੈ ਗਈਆਂ, ਕਿਸੇ ਡਾਇਟੀਸ਼ੀਅਨ ਕੋਲ ਬੈਠੇ ਹੋਣੇ, ਇਹ ਕੰਮ ਨਾ ਕਰੋ, ਕਰੋ ਤਾਂ ਫਿਰ ਪੂਰਾ ਕਰੋ, ਡਟ ਕੇ ਕਰੋ, ਜੇ ਕਰਨਾ ਆਪਦੇ ਵਾਸਤੇ ਕੁਛ। ਫਿਰ ਮੈਂ ਤੁਹਾਨੂੰ ਦੱਸਦਾ ਇੱਕ ਕਲਿੰਜਿੰਗ ਮਿਲਕ ਆ, ਮੈਂ ਪਹਿਲਾਂ ਕਹਿੰਦਾ ਸਭ ਤੋਂ ਕਿ ਘਰੇ ਜਿਹੜਾ ਕੱਚਾ ਦੁੱਧ ਹੈ ਉਹਦੇ ਨਾਲ ਮੂੰਹ ਧੋਵੋ। ਜੇ ਤੁਹਾਨੂੰ ਲੱਗਦਾ ਵੀ ਗੋਇਲ ਸਾਹਿਬ ਨੂੰ ਪੈਸੇ ਦੇਣੇ ਆ ਤਾਂ ਫਿਰ ਮੈਂ ਪ੍ਰੋਡਕਟ ਬਣਾਤੇ ਹੋਏ ਨੇ ਤੁਹਾਡੇ ਲਈ। ਕੀ ਬਣਾਇਆ? ਰੂਪਾਂਜਲੀ ਕਲਿੰਜਿੰਗ ਮਿਲਕ ਵਿਦ ਲੈਮਨ। ਹੁਣ ਇਹਨੂੰ ਅਸੀਂ, ਤੁਸੀਂ ਦੇਖੋ ਦੁੱਧ 'ਚ ਨਿੰਬੂ ਪਾਓ ਫਟ ਜਾਂਦਾ, ਪਰ ਅਸੀਂ ਕਿੰਨਾ ਪਿਓਰੀਫਾਈ ਕੀਤਾ, ਉਹ ਕੀ ਕੀ ਇਹਦਾ ਇਹਦੇ ਪਾਪੜ ਵੇਲੇ ਹੋਣਗੇ ਕਿ ਇਹਨੂੰ ਅਸੀਂ ਲੈਮਨ ਬਣਾਇਆ। ਔਰ ਜਦੋਂ ਤੁਸੀਂ ਇਹਨੂੰ ਲਗਾਓਗੇ ਤਾਂ ਤੁਸੀਂ ਫੀਲ ਕਰੋਗੇ ਕਿ ਫੇਸ ਸਾਡਾ ਬਿਲਕੁਲ ਫਰੈਸ਼ ਹੋ ਗਿਆ। ਔਰ ਇਹਨੂੰ ਲਾਉਣ ਵਾਸਤੇ ਵੀ ਜੀ ਇੰਨਾ ਸੋਹਣਾ ਬਰੱਸ਼ ਦਿੱਤਾ ਮੈਂ ਅੱਗੇ, ਇਹਦੇ ਨਾਲ ਇੱਦਾਂ ਹੀ ਲਾਉਣਾ, ਅਤੇ ਕੋਈ ਐਂ ਨਹੀਂ ਵੀ ਹੱਥਾਂ ਦੇ ਹੱਥ ਗੰਦੇ ਕਰਨੇ। 2 ਮਿੰਟ ਚਲਾਓ, ਬਾਥਰੂਮ 'ਚ ਜਾਓ ਅਤੇ ਛਿੱਟੇ ਮਾਰੋ, ਮੂੰਹ ਧੋ ਲਓ। ਅਤੇ ਇੱਕ ਇਹ ਨੋਰਮਲ ਵੀ ਹੈਗਾ, ਇਹ ਕਲਿੰਜਿੰਗ ਮਿਲ ਇਹ ਬ੍ਰਾਈਟਨਿੰਗ ਵਾਸਤੇ ਆ, ਜਿਨ੍ਹਾਂ ਦਾ ਚਿਹਰਾ ਬਿਲਕੁਲ ਹੀ ਡੱਲ ਹੋ ਜਾਂਦਾ ਰਾਤ ਨੂੰ ਘਰ ਆਉਂਦੇ ਨੇ, ਇਹਦੇ ਨਾਲ ਵਾਸ਼ ਕਰਕੇ ਚੰਗੀ ਤਰ੍ਹਾਂ ਚਿਹਰੇ ਨੂੰ। ਉਸ ਤੋਂ ਬਾਅਦ ਕੀ ਕਰਨਾ, ਉਸ ਤੋਂ ਬਾਅਦ ਲਗਾਉਣਾ ਰੂਪਾਂਜਲੀ ਫੇਸ ਲੋਸ਼ਨ। ਹੁਣ ਇਹ ਲੋਸ਼ਨ ਜਿਹੜਾ ਹੈਗਾ ਇਹਦੇ ਅਸੀਂ ਕਹਿੰਦੇ 2 ਚਮਚੇ ਲਓ, 2 ਚਮਚ ਇਸ ਲੋਸ਼ਨ ਦੇ, ਇਹਦੇ ਵਿੱਚ 1 ਚਮਚ ਜਿਹੜਾ ਹੈਗਾ ਤੁਸੀਂ ਪਾਉਣਾ ਨਿੰਬੂ ਦਾ ਰਸ, ਇਹ ਤੁਸੀਂ ਘਰੋਂ ਪਾਉਣਾ, ਅਸੀਂ ਨਹੀਂ ਪਾਇਆ ਕਿਉਂਕਿ ਅਸੀਂ ਜੇ ਪਾ ਰਹੇ ਤਾਂ ਸਾਨੂੰ ਨਿੰਬੂ ਰਸ ਪਾ ਕੇ ਇਹਦਾ ਪੂਰਾ ਉਹ ਪਰਫੈਕਟ ਨਹੀਂ ਸੀ ਬਣ ਰਿਹਾ, ਸਾਨੂੰ ਪਾਉਣਾ ਪੈ ਰਿਹਾ ਸੀ ਇਹਦੇ ਵਿੱਚ ਨਿੰਬੂ ਦਾ ਸੱਤ, ਉਹ ਅਸੀਂ ਪਾਉਣਾ ਨਹੀਂ, ਇਹ 'ਚ ਫਰੈਸ਼ ਨਿੰਬੂ ਇਹ ਪੈਣਾ, ਇਹ ਤੁਸੀਂ ਪਾ ਲਿਓ 2 ਚਮਚ ਇਹਦੇ, 1 ਨਿੰਬੂ ਦਾ ਚਮਚ, ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਫੇਸ 'ਤੇ ਡਿਪ ਕਰ ਦਿਓ, ਡਿਪ ਕਰਕੇ ਛੱਡ ਦਿਉ ਥੋੜ੍ਹੀ ਦੇਰ। ਉਦੋਂ ਬਾਅਦ ਜਦੋਂ ਇਹ ਡਰਾਈ ਹੋ ਜਾਵੇ, ਸੁੱਕ ਜਾਵੇ, ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਦਿਉ ਠੰਡੇ ਪਾਣੀ ਨਾਲ, ਠੰਡੇ ਪਾਣੀ ਨਾਲ ਵਾਸ਼ ਕਰਨਾ। ਅਤੇ ਨਾਲ ਹੀ ਤੁਸੀਂ ਫਿਰ ਕੀ ਕਰਨਾ, ਮੈਂ ਤੁਹਾਡੇ ਲਈ ਬਹੁਤ ਕੁਛ ਕੀਤਾ, ਔਰ ਤੁਸੀਂ ਕਿੰਨਾ ਕੁ ਕਰ ਪਾਓਗੇ, ਜੇ ਤੁਸੀਂ ਇਹਦਾ 50% ਵੀ ਕਰ ਲਿਆ ਨਾ ਤਾਂ ਵੀ ਤੁਸੀਂ ਥੈਂਕ ਯੂ ਕਰ ਦੇਣੀ ਥੱਕੋਗੇ। ਫਿਰ ਅਸੀਂ ਬਹੁਤ ਮਿਹਨਤ ਤੋਂ ਬਾਅਦ ਇਹ ਚੀਜ਼ਾਂ ਐਵੇਂ ਨਹੀਂ ਬਣਦੀਆਂ, ਬਣਾਈਆਂ ਨੇ। ਅਤੇ ਉਦੋਂ ਬਾਅਦ ਤੁਸੀਂ ਇੱਕ ਸਵੇਰੇ ਜਦੋਂ ਨਿਕਲਣਾ ਘਰੋਂ ਇਹ ਸਾਰਾ ਵਾਸ਼ ਕਰਕੇ, ਉਦੋਂ ਬਾਅਦ ਆਹ ਜਿਹੜਾ ਸਾਬਣ ਹੈ ਰੂਪਾਂਜਲੀ
ਦੇਸੀ ਗੁਲਾਬ ਸੋਪ ਹੈ, ਇਹ ਸੱਚਮੁੱਚ ਦੇਸੀ ਗੁਲਾਬ ਦਾ ਸਾਬਣ ਹੈ। ਗੁਲਾਬ ਦੀਆਂ ਪੱਤੀਆਂ ਲੈ ਕੇ ਬਕਾਇਦਾ ਉਹਨਾਂ ਨੂੰ ਘੜੇ 'ਚ ਉੱਦਾਂ ਹੀ ਫਾਰਮਿੰਗ ਕਰਕੇ ਉਸੇ ਤਰ੍ਹਾਂ ਅਸੀਂ ਉਹ ਤੋਂ ਤਿਆਰ ਕੀਤਾ ਹੈ, ਔਰ ਇਹ 'ਚ ਵੀ ਕੋਈ ਕੈਮੀਕਲ ਨਹੀਂ, ਪਿਓਰ ਐਲੋਵੀਰਾ ਦੀ ਟਿੱਕੀ ਜਮਾਈ ਹੈ। ਔਰ ਤੁਸੀਂ ਦੇਖਿਓ ਇਹਦੇ ਨਾਲ ਫੇਸ ਵਾਸ਼ ਕਰਕੇ ਕਿ ਤੁਸੀਂ ਸਾਰੇ ਸਾਬਣ ਭੁੱਲ ਜਾਓਗੇ ਕਿ ਸਾਬਣ ਵੀ ਕੋਈ ਚੀਜ਼, ਇਹ ਸਾਬਣ ਸਾਨੂੰ ਬਣਾਉਣਾ ਪਿਆ, ਨਹੀਂ ਤਾਂ ਅਸੀਂ ਇਹਦਾ ਲੋਸ਼ਨ ਬਣਾਉਣ ਲੱਗੇ ਸੀ, ਇਹਦੇ ਨਾਲ ਵਾਸ਼ ਕਰ ਲਓ, ਪਰ ਉਹ ਲੋਸ਼ਨ 'ਚ ਫਿਰ ਕੈਮੀਕਲ ਪੈਂਦਾ ਸੀ, ਉਹ ਅਸੀਂ ਪਾਉਣਾ ਨਹੀਂ ਚਾਹੁੰਦੇ ਸੀਗੇ। ਫਿਰ ਇੱਕ ਸਾਬਣ ਬਣਾਇਆ ਜੀ PM, ਸ਼ਾਮ ਨੂੰ ਥੱਕੇ ਹਾਰੇ ਬਾਹਰੋਂ ਆਏ ਅਸੀਂ, ਬਾਹਰੋਂ ਆ ਕੇ ਅਸੀਂ ਇਹਦਾ ਨਿੰਮ ਦਾ ਨਿੰਮ, ਔਰ ਇਹਦੇ ਵਿੱਚ ਪਾਇਆ ਗਿਆ ਇੱਕ ਤਾਂ ਨਿੰਮ ਅਤੇ ਇੱਕ ਨਿੰਬੂ ਪਲੱਸ ਇਹਦੇ ਵਿੱਚ ਐਲੋਵੀਰਾ, ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਹੈ। ਸ਼ਾਮ ਨੂੰ ਜਦੋਂ ਇਹਦੇ ਨਾਲ ਫੇਸ ਆਪਾਂ ਧੋਵਾਂਗੇ ਤਾਂ ਫੇਸ ਦੀ ਫਰੈਸ਼ਨੈਸ ਆ ਜੂਗੀ, ਉਦੋਂ ਬਾਅਦ ਤੁਸੀਂ ਆਪਦਾ ਡਿਨਰ ਕਰੋ, ਮਜ਼ਾ ਆਊਗਾ ਤੁਹਾਨੂੰ। ਅਤੇ ਇਹ ਦੋ ਚੀਜ਼ਾਂ ਹੋ ਗਈਆਂ, ਇਹ ਉਹਨਾਂ ਵਾਸਤੇ ਨੇ ਜਿਹੜੇ ਕਰ ਸਕਦੇ ਨੇ, ਕਿ ਤਾਂ ਐਂ ਵੀ ਨਾ ਕਹੀ ਜਾਵੇ ਇੰਨਾ ਕੌਣ ਕਰੂ, ਇਹ ਉਹੀ ਕਰੂ ਜਿਹਨੇ ਕਰਨਾ, ਜਿਹਨੂੰ ਆਪਦੇ ਆਪ ਨਾਲ ਪਿਆਰ ਆ ਜਾਂ ਆਪਦੇ ਸਰੀਰ ਨਾਲ ਪਿਆਰ ਆ ਉਹ ਕਰ ਸਕਦਾ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਕੰਮ ਆਉਂਦਾ ਜੀ ਇੱਕ ਸਪੈਸ਼ਲ, ਉਹ ਆਉਂਦਾ ਨੋ ਟੈਨਿੰਗ, ਜਿਹੜਾ ਟੈਨ ਤੋਂ ਬਚਣ ਵਾਸਤੇ ਉਹ ਆਉਂਦਾ। ਇੱਕ ਤਾਂ ਇਹ ਨੋ ਟੈਨ ਕਿੱਟ ਹੈ, ਇਹਦੇ ਬਾਰੇ ਮੈਂ ਮੋਟੀ ਮੋਟੀ ਜਾਣਕਾਰੀ ਦੇ ਦਿੰਦਾ। ਇੱਕ ਤਾਂ ਨੋ ਟੈਨ ਮਸਾਜ ਜੈੱਲ ਹੈ ਜਿਹਦੇ ਨਾਲ ਅਸੀਂ ਫੇਸ ਦੀ ਮਸਾਜ ਕਰਨੀ ਆ, ਅਸੀਂ ਇਹ ਕੰਮ ਰਾਤ ਨੂੰ ਕਰਨਾ ਆ ਕੇ, ਇਹ ਕੰਮ ਪੈਣ ਲੱਗੇ ਕਰੋ, ਤੁਸੀਂ ਦੇਖਿਓ ਆਨੰਦ। ਗਰਮੀਆਂ ਤੁਹਾਡੀ ਐਂ ਨਿਕਲਣੀਆਂ, ਤੁਸੀਂ ਕਹੋਗੇ ਫੇਸ ਨਾ ਹੋ ਗਿਆ, ਕਮਾਲ ਹੀ ਹੋ ਗਿਆ, ਤਾਜ ਮਹਿਲ ਵਾਂਗੂ ਸਜਾਉਣ ਲੱਗੇ ਪਏ ਨੇ ਗੋਇਲ ਸਾਹਿਬ ਅੱਜ, ਕਿਉਂਕਿ ਸਭ ਦੇ ਚਿਹਰੇ ਅਸਲੀ ਕੀਮਤ ਕੀ ਚੀਜ਼ ਦੀ ਆ, ਚਿਹਰੇ ਦੀ ਆ, ਆ ਧੜ ਤੋਂ ਥੱਲੇ ਤਾਂ ਸਾਰੇ ਇੱਕੋ ਜਿਹੇ ਆ, ਚਿਹਰਾ ਦੇਖ ਕੇ ਪਤਾ ਲੱਗਦਾ ਇਹ ਕਰਨੈਲ ਸਿੰਘ ਹੈ, ਚਰਨੈਲ ਸਿੰਘ ਹੈ, ਫਲਾਣਾ ਹੈ, ਫਲਾਣਾ ਹੈ ਨਾ। ਅਤੇ ਇਸ ਤੋਂ ਬਾਅਦ ਰੂਪਾਂਜਲੀ ਜਿਹੜਾ ਹੈਗਾ ਕਲੇ ਬਣਾਇਆ, ਕਲੇ ਆਪਾਂ ਨੇ ਮਲਣਾ, ਅਤੇ ਫਿਰ ਆਪਾਂ ਨੇ ਰੂਪਾਂਜਲੀ ਦੇ ਉੱਤੋਂ ਇਹ ਬਣਾਇਆ ਜੀ ਇੱਕ ਫੇਸ ਐਂਡ ਬੋਡੀ ਸਕ੍ਰੱਬ ਹੈ। ਇਹ ਜਿਵੇਂ ਹੱਥਾਂ 'ਤੇ ਨਾ ਮੈਲ ਜੰਮ ਜਾਂਦੀ ਹੈ ਬਾਈਕ ਚਲਾ ਕੇ ਜਾਂ ਸਕੂਟੀਆਂ ਚਲਾ ਕੇ ਜਾਂ ਧੁੱਪ 'ਚ ਕੰਮ ਕਰਕੇ, ਇਹ ਉਹਨੂੰ ਖਤਮ ਕਰ ਦਿੰਦਾ ਜੀ ਚਿਹਰੇ ਦੇ ਉੱਤੇ। ਜਿਵੇਂ ਇੱਥੇ ਕਾਲੇ ਕਾਲੇ ਦਾਗ ਪੈ ਜਾਂਦੇ ਨੇ ਅੱਖਾਂ ਦੇ ਥੱਲੇ, ਡਾਰਕ ਸਰਕਲ ਆ, ਇਹ ਉਹਦੇ 'ਤੇ ਰਗੜੋ ਤਾਂ ਖਤਮ ਕਰ ਦਿੰਦਾ। ਫਿਰ ਅਸੀਂ ਦਿੱਤਾ ਰੂਪਾਂਜਲੀ ਮਸਾਜ ਕਰੀਮ, ਫਿਰ ਅਸੀਂ ਕਰੀਮ ਦਿੱਤੀ ਹੈ ਜੀ ਲਾਸਟ 'ਚ, ਇਹ ਰਾਤ ਨੂੰ ਕਰਕੇ ਪੈ ਜਾਓ। ਇਹ ਪਤਾ ਕੀ ਹੈ ਧਰਮਿੰਦਰ ਜੀ, ਇਹ ਰਾਤ ਨੂੰ ਜੇ ਕਰ ਲਿਆ ਤਾਂ ਜਸਟ ਤੁਸੀਂ ਆਪਦੀ ਜਿਹੜੀ ਸਕਿੰਨ ਹੈ ਉਹਦੀ ਲੈਮੀਨੇਸ਼ਨ ਕਰਤੀ, ਉਸ ਤੋਂ ਬਾਅਦ ਤੁਸੀਂ ਸਵੇਰੇ ਜਿਹੜਾ ਮਰਜ਼ੀ ਮੇਕਅਪ ਕਰ ਲਓ, ਇਹਦੇ ਉੱਪਰ ਜਿਹੜਾ ਮਰਜ਼ੀ ਮੇਕਅਪ ਕਰ ਲਓ, ਜਦੋਂ ਵੀ ਤੁਸੀਂ ਫੇਸ ਵਾਸ਼ ਕਰੋਗੇ ਤੁਹਾਡੀ ਸਕਿੰਨ ਨੂੰ 1% ਵੀ ਨੁਕਸਾਨ ਨਹੀਂ ਹੋ ਸਕਦਾ। ਇਹ ਇਸ ਤਰ੍ਹਾਂ ਦੀ ਲੈਮੀਨੇਸ਼ਨ ਬਣਦੀ ਹੈ। ਅਤੇ ਫਿਰ ਤੁਹਾਡੇ ਲਈ ਸਭ ਤੋਂ ਵੱਧ ਜਿਹੜੇ ਪਲੇਅਰ ਨੇ, ਜਿਹੜੇ ਸਵੇਰੇ 6 ਵਜੇ ਗਰਾਊਂਡ 'ਚ ਆ ਜਾਂਦੇ ਨੇ, 4 ਵਜੇ ਆ ਜਾਂਦੇ ਨੇ, ਉਦੋਂ ਬਾਅਦ ਸੂਰਜ ਦੇਵਤਾ ਜੀ ਚੜ੍ਹਦੇ ਆ, ਪੂਰੀ ਕੜਕ ਗਰਮੀ 'ਚ ਆਉਂਦੇ ਆ, ਉਹਨਾਂ ਵਾਸਤੇ ਵੀ ਜ਼ਰੂਰਤ ਹੈ। ਅਤੇ ਆਮ ਜਿਹੜੇ ਦਿਨ ਦੇ ਵਿੱਚ ਬਹੁਤ ਸਾਰੇ ਸਾਡੇ ਬੱਚੇ, ਸਾਡੇ ਭੈਣ ਭਰਾ ਕ੍ਰਿਕਟ ਖੇਡਦੇ ਆ, ਗਰਾਊਂਡ 'ਚ ਖੇਡਦੇ ਆ, ਖੇਡਣ ਲੱਗੇ ਉਹਨਾਂ ਨੂੰ ਟੈਨ ਹੁੰਦੀ ਆ, ਅਤੇ ਉਹਨਾਂ ਦੇ ਮੋਢੇ ਵੀ ਜਿੰਨੀ ਕੁ ਟੀ ਸ਼ਰਟ ਪਾਈ ਹੁੰਦੀ ਆ ਉਨਾ ਕੁ ਰੰਗ ਚਿੱਟਾ, ਬਾਕੀ ਕਾਲਾ ਹੋ ਜਾਂਦਾ, ਉਹ ਜਿਹੜੀ ਟੈਨਿੰਗ ਹੈ ਉਹਦੇ ਵਾਸਤੇ ਫਿਰ ਬਣਾਇਆ SS ਕਰੀਮ ਸਨਸਕ੍ਰੀਮ। ਇਹ ਜਿਹੜਾ ਹੈਗਾ ਜੀ SS ਕਰੀਮ ਸਨਸਕ੍ਰੀਮ, ਇਹਦੇ ਵਿੱਚ ਅਸੀਂ ਇੱਕ ਤਾਂ ਇਹ ਬਣਾਇਆ 30, ਇਹਦਾ ਹੈਗਾ ਜੀ SPF 30 PA++, ਇੱਕ ਬਣਾਇਆ SPS 40, 40 ਵਾਲਾ ਥੋੜ੍ਹਾ ਜਿਹਾ ਕਲਰ ਚੇਂਜ ਆ, ਉਹ ਜਿਹੜੀ ਬਹੁਤ ਪੀਕ 'ਤੇ ਜਦੋਂ ਧੁੱਪ ਪੈਂਦੀ ਹੈ ਨਾ, ਉਹਦੇ 'ਚ ਜਦੋਂ ਨਿਕਲਣਾ ਸੀ ਬਾਈਕ 'ਤੇ ਬੈਠ ਕੇ ਜਾਂ ਅਸੀਂ ਗੱਡੀ 'ਚ ਬੈਠ ਕੇ ਜਾਂ ਅਸੀਂ ਕਿਤੇ ਵੀ ਜਾ ਰਹੇ ਹਾਂ, ਇਹ ਉਹਦੇ ਵਾਸਤੇ ਕੰਮ ਕਰ ਰਿਹਾ। ਔਰ ਪਿਓਰ ਚੀਜ਼ ਹੈ ਜੀ, ਇਹ ਪਿਓਰ ਚੀਜ਼ਾਂ ਨੇ, ਨੋ ਟੈਨ ਜਿਹੜਾ ਹੈਗਾ ਮੈਂ ਪਹਿਲੀ ਵਾਰ ਤੁਹਾਨੂੰ ਇੰਟਰੋਡਿਊਸ ਕੀਤਾ, ਪਰ ਇਹਨੂੰ ਅਸੀਂ ਇਹ ਪ੍ਰੋਡਕਟ ਸਾਡਾ ਘੱਟੋ ਘੱਟ 20 ਸਾਲ ਤੋਂ ਚੱਲ ਰਿਹਾ, 20-22 ਸਾਲ ਤੋਂ ਸਾਡਾ ਪ੍ਰੋਡਕਟ ਕਾਮਯਾਬ ਹੈ। ਪਰ ਹੁਣ ਇਹਨੂੰ ਅਸੀਂ ਪੈਕਿੰਗ ਵੀ ਅੱਛੀ ਦੇਤੀ, ਕਿਉਂਕਿ ਸਾਡਾ ਹੁਣ UK, ਕਨੇਡਾ, ਅਮਰੀਕਾ ਇਹ ਹੁਣ ਸੈਰ ਕਰਨ ਲੱਗ ਗਿਆ, ਵੱਡੀਆਂ ਵੱਡੀਆਂ ਅਲਮਾਰੀਆਂ 'ਚ ਰਹਿਣ ਲੱਗ ਗਿਆ ਹੁਣ, ਤਾਂ ਫਿਰ ਇਹਨੂੰ ਪੈਕਿੰਗ ਵਧੀਆ ਦਿੱਤੀ। ਔਰ ਇਹ ਜਿਹੜਾ ਨੋ ਟੈਨ ਦਾ ਅੱਜ ਮੈਂ ਤੁਹਾਨੂੰ ਦਿੱਤਾ ਨੁਸਖਾ ਜਾਂ ਫਾਰਮੂਲੇਸ਼ਨ,
ਇਹ ਉਹਨਾਂ ਇਲਾਕਾ ਲੋਕਾਂ ਵਾਸਤੇ ਬਹੁਤ ਕਾਮਯਾਬ ਹੈ ਜਿਨ੍ਹਾਂ ਨੂੰ ਟੈਨਿੰਗ ਦੀ ਪ੍ਰੋਬਲਮ ਹੁੰਦੀ ਹੈ ਔਰ ਸਕਿਨ ਟੈਨ ਹੋਣ ਦਾ ਖਤਰਾ ਬਣਿਆ ਰਹਿੰਦਾ, ਉਹਨਾਂ ਲਈ ਮੈਂ ਤੁਹਾਨੂੰ ਜਿਹੜਾ ਲਾਈਫ ਜਕਾਸ ਤੋਂ ਲੈ ਕੇ ਪ੍ਰੋਪਰ ਇੱਕ ਇੱਕ ਚੀਜ਼ ਸਮਝਾ ਦਿੱਤੀ ਹੋਈ ਹੈ, ਨੋ ਟੈਨ ਤੱਕ, ਬਾਡੀ ਵਾਸ਼ ਤੱਕ ਔਰ ਅੰਡਰ ਗਾਰਮੈਂਟ ਵਾਸ਼ ਤੱਕ ਔਰ ਸਾਨੂੰ ਯੂਰਨ ਏਰੀਏ ਨੂੰ ਵਾਸ਼ ਕਰਨ ਦੀਆਂ ਚੀਜ਼ਾਂ ਜਿਹੜੀਆਂ ਇਨਫੈਕਸ਼ਨ ਵਾਸਤੇ ਸਾਰੀਆਂ ਸਮਝਾ ਦੀਆਂ। ਲਾਸਟ 'ਚ ਇੱਕ ਚੀਜ਼ ਮੈਂ ਦੱਸ ਦੇਵਾਂ, ਜਿਹੜੀ ਤੁਸੀਂ ਚਾਹੁੰਦੇ ਹੋ ਕਿ ਕੁਛ ਐਸੀ ਚੀਜ਼ ਵੀ ਦਿੱਤੀ ਜਾਵੇ ਕਿ ਇਹ ਚੀਜ਼ ਬਿਲਕੁਲ ਠੀਕ ਹੋ ਜਾਣ, ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ, ਜੇ ਕਿਤੇ ਤੁਸੀਂ ਇੱਕ 11 ਬਿਨ ਕੈਪਸੂਲ ਹੈ ਇਹ ਪਿਓਰ ਮਤਲਬ ਕਿ ਉਹਦੇ 'ਚ ਬਣਿਆ ਹੋਇਆ ਆਪਣਾ ਮੋਰਿੰਗਾ, ਐਲੋਵੇਰਾ, ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ, ਸਪੈਰੋਲੀਨਾ ਵਗੈਰਾ ਪਾ ਕੇ ਇਹ 'ਚ 11 ਚੀਜ਼ਾਂ ਪਾਈਆਂ ਗਈਆਂ ਨੇ, ਇਸੇ ਕਰਕੇ ਇਹਦਾ ਨਾਮ ਦਿੱਤਾ ਗਿਆ 11 ਬਿਨ। ਔਰ ਇਹ ਤੁਸੀਂ ਯਕੀਨ ਮੰਨਣਾ ਕਿ ਜਿਹੜੇ ਲੋਕਾਂ ਨੂੰ ਵੀ ਦਿੱਤਾ, ਵੂਮੈਨਸ ਨੂੰ ਵੀ ਦਿੱਤਾ, ਮੈਨਸ ਨੂੰ ਵੀ ਦਿੱਤਾ, ਜਿੰਨੀ ਮਰਜ਼ੀ ਬਾਡੀ ਦੀ ਸਕਿਨ ਦੀ ਕੋਈ ਵੀ ਵੀਕਨੈਸ ਹੈ ਉਹਨੂੰ ਕਵਰ ਕਰ ਲੈਂਦਾ। ਔਰ ਜੇ ਇਹਨੂੰ ਤੁਸੀਂ ਮਹੀਨਾ, ਡੇਢ ਮਹੀਨਾ, ਦੋ ਮਹੀਨੇ ਖਾ ਲਓਗੇ ਨਾ ਤਾਂ ਇਹਦੇ ਨਾਲ ਜਿਹੜੀ ਸਕਿਨ ਦੀ ਗਲੋ ਬਣਦੀ ਆ, ਕਮਾਲ ਦੀ ਗਲੋ ਬਣਦੀ ਹੈ। ਬਸ ਇਹਨੂੰ ਖਾਣ ਵਾਸਤੇ ਪੰਚਮ ਹਲਦੀ ਵਾਲਾ ਦੁੱਧ ਲੈਣਾ ਬਹੁਤ ਜ਼ਰੂਰੀ ਹੈ, ਉਦੋਂ ਤੁਸੀਂ ਜੇ ਦੁੱਧ ਨਾਲ ਲਓਗੇ ਤਾਂ ਕਮਾਲ ਦੇ ਰਿਜ਼ਲਟ ਆਉਂਦੇ ਨੇ। ਅੱਜ ਲਈ ਇੰਨਾ ਹੀ, ਬਾਕੀ ਧਰਮਿੰਦਰ ਜੀ ਜਿਵੇਂ ਕਹਿਣਗੇ ਕਰਦੇ ਰਹਾਂਗੇ। ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਹੇ ਨੇ, ਤੁਸੀਂ ਖੁਦ ਵੀ ਚੰਡੀਗੜ੍ਹ ਆ ਸਕਦੇ ਹੋ, ਉਹ ਐਡਰੈਸ ਵੀ ਤੁਹਾਡੀ ਸਕਰੀਨ ਦੇ ਉੱਤੇ ਪੂਰਾ ਫਲੈਸ਼ ਹੋ ਰਿਹਾ ਹੈ। ਅਤੇ ਗੁੱਲ ਸਾਹਿਬ ਤੁਹਾਨੂੰ ਇਸੇ ਤਰ੍ਹਾਂ ਮਿਲਣਗੇ, ਇਸੇ ਤਰ੍ਹਾਂ ਹੀ ਤੁਹਾਨੂੰ ਹਰ ਚੀਜ਼ ਸਮਝਾਈ ਜਾਊਗੀ। ਇਹ ਨਹੀਂ ਕਿ ਤੁਸੀਂ ਆਉਣਾ ਹੈ ਅਤੇ ਬਾਹਰੋਂ ਇਹ ਚੀਜ਼ ਲੈ ਕੇ ਨਿਕਲ ਜਾਣਾ, ਇਹੋ ਜਿਹਾ ਨਹੀਂ ਹੈ। ਪੂਰਾ ਅਪੁਆਇੰਟਮੈਂਟ ਲੈ ਕੇ ਆਓਗੇ, ਪੂਰਾ ਸਮਾਂ ਤੁਹਾਨੂੰ ਗੋਇਲ ਸਾਹਿਬ ਇਸੇ ਤਰ੍ਹਾਂ ਹੀ ਦੇਣਗੇ ਅਤੇ ਸਾਰਾ ਕੁਝ ਹੀ ਤੁਹਾਨੂੰ ਇਸੇ ਤਰ੍ਹਾਂ ਹੀ ਦੱਸਣਗੇ। ਗੋਇਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਬਹੁਤ ਬਹੁਤ ਧੰਨਵਾਦ ਹੈ ਜੀ। ਧਰਮਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਅਤੇ ਗੋਇਲ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ। ਅਤੇ ਆਪਾਂ ਵੀ ਅਗਲੇ ਐਪੀਸੋਡ ਦੇ ਵਿੱਚ ਨਵੀਂ ਜਾਣਕਾਰੀ ਫਿਰ ਤੁਹਾਨੂੰ ਦੇਣੀ ਆ, ਤਦ ਤੱਕ ਲਈ ਆਗਿਆ ਦਿਓ, ਧੰਨਵਾਦ।